ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਤੁਹਾਡਾ ਆਪਣਾ ਡਾਕਟਰ ਨਵਦੀਪ ਸਿੰਘ ਤੇ ਤੁਹਾਡਾ ਫਿਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਸਲਿਮ ਐਂਡ ਸਟਰੋਂਗ ਦੇ ਉੱਪਰ। ਪਿਛਲੇ ਕਾਫੀ ਸਮੇਂ ਤੋਂ ਮੇਰੇ ਕਲਾਇੰਟਸ ਤੇ ਈਵਨ ਕਮੈਂਟਸ ਦੇ ਵਿੱਚ ਵੀ ਤੁਹਾਡੇ ਦਰਸ਼ਕਾਂ ਦੇ ਵਿੱਚੋਂ ਬਹੁਤ ਸਾਰੇ ਜਾਣੇ, ਖਾਸ ਕਰਕੇ ਫੀਮੇਲਸ, ਇਹ ਗੱਲ ਪੁੱਛ ਰਹੀਆਂ ਨੇ ਕਿ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਦੇ ਉੱਪਰ ਇੱਕ ਵੀਡੀਓ ਬਣਾਈ ਜਾਵੇ। ਤਾਂ ਮੈਂ ਸੋਚਿਆ ਕਿਉਂ ਨਾ ਇਸ ਟੌਪਿਕ ਦੇ ਉੱਪਰ ਇੱਕ ਡਿਟੇਲਡ ਵੀਡੀਓ ਬਣਾਈ ਜਾਵੇ, ਜਿਸ ਦੇ ਵਿੱਚ ਅਸੀਂ ਇਹ ਜਾਣਾਂਗੇ, ਪਹਿਲੀ ਗੱਲ ਤਾਂ ਇਸਦਾ ਮਤਲਬ ਕੀ ਹੈ। ਇਹ ਸ਼ਬਦ ਔਖਾ ਜਿਹਾ ਲੱਗਦਾ ਸੁਣਨ ਦੇ ਵਿੱਚ, ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼, ਸੌਖੇ ਸ਼ਬਦਾਂ ਦੇ ਵਿੱਚ ਇਸਦਾ ਮਤਲਬ ਕੀ ਹੈ। ਉਸ ਤੋਂ ਬਾਅਦ ਇਹ ਜਾਣਾਂਗੇ ਵੀ ਇਹਦੇ ਲੱਛਣ ਕੀ ਨੇ, ਕਿਹੜੀਆਂ ਫੀਮੇਲਸ ਨੂੰ ਫਿਕਰ ਕਰਨੀ ਚਾਹੀਦੀ ਇਸ ਗੱਲ ਦੀ ਵੀ ਸਾਨੂੰ ਕਿਤੇ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਤਾਂ ਨਹੀਂ ਹੋਇਆ, ਮੋਟਾਪੇ ਨਾਲ ਇਹਦਾ ਕੀ ਸੰਬੰਧ ਹੈ, ਕੀ ਕੋਈ ਖਾਸ ਤਰ੍ਹਾਂ ਦੀ ਫੂਡ ਆਈਟਮ ਇਸ ਦੇ ਵਿੱਚ ਛੱਡਣ ਦੀ ਲੋੜ ਹੈ ਜਾਂ ਉਸ ਤੋਂ ਪਾਸੇ ਹੋਣ ਦੀ ਲੋੜ ਹੈ, ਜਾਂ ਕਿਸ ਤਰ੍ਹਾਂ ਦੀ ਖੁਰਾਕ ਹੈ ਜਾਂ ਕਸਰਤ ਹੈ ਜਿਹੜੀ ਇਸ ਬਿਮਾਰੀ ਨੂੰ ਠੀਕ ਕਰ ਸਕਦੀ ਹੈ, ਰਿਵਰਸ ਕਰ ਸਕਦੀ ਹੈ, ਤੇ ਕਿਹੜੀਆਂ ਕਿਹੜੀਆਂ ਦਵਾਈਆਂ ਨੇ ਜਿਹੜੀਆਂ ਇਸ ਦੇ ਵਿੱਚ ਕਾਰਗਰ ਸਾਬਿਤ ਹੋ ਸਕਦੀਆਂ ਨੇ, ਕਿੰਨੀਆਂ ਕੁ ਸਾਬਿਤ ਹੋ ਸਕਦੀਆਂ ਨੇ। ਜੇ ਤੁਸੀਂ ਇਹ ਜਾਣਨਾ ਚਾਹੁੰਦੇ ਹੋ, ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ, ਤੇ ਜਿਨ੍ਹਾਂ ਲਈ ਇਸ ਵੀਡੀਓ ਦੀ ਜਾਣਕਾਰੀ ਬਹੁਤ ਲਾਭਦਾਇਕ ਸਿੱਧ ਹੋ ਸਕਦੀ ਹੈ, ਹੋ ਸਕਦਾ ਤੁਹਾਡੇ ਮਦਰ ਹੋਣ, ਹੋ ਸਕਦਾ ਤੁਹਾਡੇ ਸਿਸਟਰ ਹੋਣ, ਹੋ ਸਕਦਾ ਤੁਹਾਡੀ ਵਾਈਫ ਹੋਵੇ, ਹੋ ਸਕਦਾ ਤੁਹਾਡਾ ਪਾਰਟਨਰ ਹੋਣ, ਤਾਂ ਉਹਨਾਂ ਤੱਕ ਇਹ ਵੀਡੀਓ ਯਾਰ ਸਟਾਰਟਿੰਗ 'ਚ ਹੀ ਸ਼ੇਅਰ ਕਰ ਦਿਓ। ਬਾਅਦ ਦੇ ਵਿੱਚ ਕਈ ਵਾਰ ਬੰਦਾ ਸ਼ੇਅਰ ਕਰਨਾ ਭੁੱਲ ਜਾਂਦਾ, ਕਿਉਂਕਿ ਸਹੀ ਜਾਣਕਾਰੀ ਮੈਂ ਅੱਗੇ ਵੀ ਕਹਿੰਦਾ ਹੁੰਦਾ ਬਹੁਤ ਤਕੜਾ ਹਥਿਆਰ ਹੁੰਦੀ ਹੈ, ਜਿਹਦੇ ਨਾਲ ਕਿ ਤੁਸੀਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦੇ ਹੋ, PCOD ਦੀ ਸਮੱਸਿਆ ਨੂੰ ਵੀ ਹੱਲ ਕਰ ਸਕਦੇ ਹੋ। ਤਾਂ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਤਾਂ ਸਭ ਤੋਂ ਪਹਿਲਾਂ ਆਪਾਂ ਇਸ ਦੇ ਨਾਮ ਤੋਂ ਹੀ ਸ਼ੁਰੂ ਕਰਦੇ ਹਾਂ, ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼। MBBS ਦੀ ਡਿਗਰੀ ਦੇ ਦੌਰਾਨ ਜਦੋਂ ਸਾਨੂੰ ਕੋਈ ਸ਼ਬਦ ਬਹੁਤ ਔਖਾ ਜਿਹਾ ਲੱਗਦਾ ਹੁੰਦਾ ਸੀ ਤਾਂ ਅਸੀਂ ਉਹਨੂੰ ਤੋੜ ਲੈਂਦੇ ਸੀ, ਤੇ ਇਕੱਲੀ ਇਕੱਲੀ ਉਸ ਚੀਜ਼ ਦਾ ਮਤਲਬ ਸਮਝ ਕੇ ਪੂਰੇ ਉਸ ਸ਼ਬਦ ਦਾ ਮਤਲਬ ਸਮਝ ਲੈਂਦੇ ਸੀ। ਪੋਲੀ ਦਾ ਮਤਲਬ ਹੁੰਦਾ ਇੱਕ ਨਾਲੋਂ ਵੱਧ, ਸਿਸਟ ਦਾ ਮਤਲਬ ਹੁੰਦਾ ਗੰਢ, ਓਵੇਰੀਅਨ ਯਾਨੀ ਕਿ ਓਵਰੀ, ਓਵਰੀ ਦਾ ਮਤਲਬ ਹੁੰਦਾ ਅੰਡਕੋਸ਼। ਹਰ ਫੀਮੇਲ ਦੇ ਵਿੱਚ ਦੋ ਓਵਰੀਜ਼ ਹੁੰਦੀਆਂ ਨੇ, ਤੇ ਜਦੋਂ ਉਹ ਫੀਮੇਲ ਦੇ ਪੀਰੀਅਡ ਆਉਣੇ ਸਟਾਰਟ ਹੋ ਜਾਂਦੇ ਨੇ 13-14 ਜਾਂ 15 ਸਾਲ ਤੋਂ ਬਾਅਦ, ਤਾਂ ਹਰ ਮਹੀਨੇ ਓਵਰੀ ਦੇ ਵਿੱਚੋਂ ਇੱਕ ਆਂਡਾ ਨਿਕਲਦਾ ਹੈਗਾ। ਉਹਨੂੰ ਮੈਂ ਅੱਗੇ ਸਮਝਾਉਂਗਾ ਡਿਟੇਲ ਦੇ ਵਿੱਚ ਵੀ ਇਸ 'ਚ ਆਂਡੇ ਦਾ ਕੀ ਮਤਲਬ ਹੈ। ਡਿਜ਼ੀਜ਼ ਦਾ ਮਤਲਬ ਹੁੰਦਾ ਬਿਮਾਰੀ। ਸੋ ਇਸ ਬਿਮਾਰੀ ਦੇ ਵਿੱਚ ਕੀ ਹੁੰਦਾ ਕਿ ਔਰਤ ਦਾ ਜਿਹੜਾ ਅੰਡਕੋਸ਼ ਹੈਗਾ ਉਹਦੇ ਵਿੱਚ ਗੰਢਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ, ਤੇ ਆਮ ਤੌਰ 'ਤੇ ਜਦੋਂ ਉਹਦਾ ਅਲਟਰਾਸਾਊਂਡ ਕਰਾਇਆ ਜਾਂਦਾ ਉਸ ਦੇ ਵਿੱਚ ਜਿਹੜਾ ਹੈਗਾ ਇਹ ਗੰਢਾਂ ਸ਼ੋ ਹੁੰਦੀਆਂ ਨੇ, ਦਿਖਦੀਆਂ ਨੇ, ਤੇ ਇਹ ਜਿਹੜੀਆਂ ਗੰਢਾਂ ਬਣ ਜਾਂਦੀਆਂ ਨੇ ਅੰਡਕੋਸ਼ ਦੇ ਵਿੱਚ, ਇਹਦੇ ਨਾਲ ਹੋਰ ਕੀ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਉਹਨਾਂ ਬਾਰੇ ਆਪਾਂ ਹੁਣ ਗੱਲ ਕਰਦੇ ਹਾਂ। ਯਾਨੀ ਕਹਿ ਸਕਦੇ ਹਾਂ ਵੀ ਇਹਦੇ ਲੱਛਣ ਕੀ ਨੇ। ਦਰਸ਼ਕਾਂ ਦੇ ਵਿੱਚੋਂ ਜਿਹੜੀਆਂ ਵੀ ਫੀਮੇਲਸ, ਔਰਤਾਂ, ਲੜਕੀਆਂ ਇਸ ਵੀਡੀਓ ਨੂੰ ਦੇਖ ਰਹੀਆਂ ਨੇ, ਉਹਨਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈਗੀ ਹੈ ਵੀ ਜੇ 3 ਲੱਛਣਾਂ ਦੇ ਵਿੱਚੋਂ 2 ਲੱਛਣ ਤੁਹਾਡੇ ਵਿੱਚ ਹੈਗੇ ਆ, ਤੁਹਾਨੂੰ 2 ਸਮੱਸਿਆਵਾਂ ਆ ਰਹੀਆਂ ਨੇ, ਤਾਂ ਹੋ ਸਕਦਾ ਵੀ ਤੁਹਾਨੂੰ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਹੋਵੇ। ਠੀਕ ਹੈ, ਇੱਕ ਸਿੰਡਰੋਮ ਵੀ ਹੁੰਦਾ, ਉਹ ਥੋੜ੍ਹਾ ਜਿਹਾ ਹੀ ਫਰਕ ਹੈ ਉਹਦੇ ਵਿੱਚ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਤੇ ਸਿੰਡਰੋਮ ਦੇ ਵਿੱਚ, ਉਹ ਮੈਂ ਤੁਹਾਨੂੰ ਅੱਗੇ ਨਾਲ ਦੱਸਦਾ ਜਾਊਂਗਾ। ਸੋ ਕਿਸੇ ਔਰਤ ਨੂੰ PCOD ਦਾ ਸ਼ੱਕ ਜਿਹੜਾ ਹੈਗਾ ਕਦੋਂ ਪੈਦਾ ਹੁੰਦਾ ਜਾਂ ਕਦੋਂ ਧਿਆਨ ਇਸ ਗੱਲ 'ਤੇ ਦੇਣਾ ਚਾਹੀਦਾ ਵੀ ਉਹਨੂੰ PCOD ਹੋ ਸਕਦਾ, ਜਦੋਂ ਵੀ ਕਿਸੇ ਫੀਮੇਲ ਦੇ ਵਿੱਚ, ਔਰਤ ਦੇ ਵਿੱਚ ਉਹਦੇ ਜਿਹੜੇ ਪੀਰੀਅਡਸ ਨੇ ਉਹ ਇਰੈਗੂਲਰ ਹੋ ਜਾਂਦੇ ਆ, ਅਨਿਯਮਿਤ ਹੋ ਜਾਂਦੇ ਆ, ਤਾਂ ਹੋ ਸਕਦਾ ਵੀ ਉਸਨੂੰ PCOD ਹੋਵੇ। ਆਮ ਤੌਰ 'ਤੇ ਇੱਕ ਫੀਮੇਲ ਦਾ ਜਿਹੜਾ ਸਾਈਕਲ ਹੈ ਉਹ 28 ਦਿਨ ਦਾ ਹੁੰਦਾ, ਯਾਨੀ ਕਿ 28 ਦਿਨ ਬਾਅਦ ਉਹਨੂੰ ਜਿਹੜੀ ਬਲੀਡਿੰਗ ਸਟਾਰਟ ਹੁੰਦੀ ਹੈ। ਇਹ ਜ਼ਰੂਰੀ ਨਹੀਂ ਹੈ ਵੀ ਪੱਕਾ 28 ਦਿਨ 'ਤੇ ਹੀ ਹੋਵੇ ਹਰ ਵਾਰ, ਉਹ ਇਹ 22 ਦਿਨਾਂ ਤੋਂ ਲੈ ਕੇ 35 ਦਿਨਾਂ ਤੱਕ ਦਾ ਜਿਹੜਾ ਸਾਈਕਲ ਹੈ ਹੋ ਸਕਦਾ, ਇਸ ਤੋਂ ਜਾਂ ਬਹੁਤ ਘੱਟ ਹੋਵੇ, ਇਸ ਤੋਂ ਜਾਂ ਬਹੁਤ ਜ਼ਿਆਦਾ ਦਿਨ ਲੱਗ ਜਾਣ ਪੀਰੀਅਡਸ ਆਉਣ ਨੂੰ, ਤਾਂ ਫਿਰ ਇਸ ਗੱਲ ਦਾ ਸ਼ੱਕ ਪੈਦਾ ਹੋਣਾ ਚਾਹੀਦਾ, ਉਹਦੀ ਜਾਂਚ ਕਰਾਉਣ ਦੀ ਲੋੜ ਹੁੰਦੀ ਹੈ ਕਿਸੇ ਚੰਗੇ ਡਾਕਟਰ ਦੇ ਕੋਲੋਂ। ਸੋ ਇਹ ਪਹਿਲਾ ਲੱਛਣ ਹੈ ਜਿਹੜਾ ਆਮ ਤੌਰ 'ਤੇ ਫੀਮੇਲ ਦੇ ਵਿੱਚ ਆਉਂਦਾ ਹੈਗਾ। ਦੂਸਰੀ ਚੀਜ਼, ਜਦੋਂ ਡਾਕਟਰ ਸਾਹਿਬ ਅਲਟਰਾਸਾਊਂਡ ਲਿਖ ਕੇ ਦਿੰਦੇ ਆ, ਉਹਦਾ ਅਲਟਰਾਸਾਊਂਡ ਕੀਤਾ ਜਾਂਦਾ ਫੀਮੇਲ ਦੇ ਪੇਟ ਦਾ, ਤਾਂ ਜਦੋਂ ਉਹਦੇ ਵਿੱਚ ਜਿਹੜੀਆਂ ਓਵਰੀਜ਼ ਹੁੰਦੀਆਂ ਨੇ, 2 ਓਵਰੀਜ਼ ਹੁੰਦੀਆਂ ਨੇ, ਇੱਕ ਖੱਬੇ ਪਾਸੇ ਹੁੰਦੀ ਹੈ, ਇੱਕ ਸੱਜੇ ਪਾਸੇ ਹੁੰਦੀ ਹੈ, 1 ਮਹੀਨੇ ਆਂਡਾ ਖੱਬੇ ਪਾਸਿਓਂ ਨਿਕਲਦਾ, 1 ਮਹੀਨੇ ਸੱਜੇ ਪਾਸਿਓਂ ਨਿਕਲਦਾ ਹੈਗਾ, ਤੇ ਜਦੋਂ ਉਸ ਓਵਰੀ ਦੀ ਜਾਂਚ ਕਰਾਈ ਜਾਂਦੀ ਹੈਗੀ ਅਲਟਰਾਸਾਊਂਡ ਦੇ ਨਾਲ, ਅਲਟਰਾਸਾਊਂਡ ਦੀ ਰਿਪੋਰਟ ਦੇ ਵਿੱਚ ਦੱਸਿਆ ਜਾਂਦਾ ਕਿ ਓਵਰੀਜ਼ ਦੇ ਵਿੱਚ ਨਿੱਕੀਆਂ ਨਿੱਕੀਆਂ ਗੰਢਾਂ ਨੇ, ਸਿਸਟ ਨੇ। ਇਹਨੂੰ ਗੰਢਾਂ ਕਿਉਂ ਬਣਦੀਆਂ ਨੇ? ਗੰਢਾਂ ਇਸ ਕਰਕੇ ਬਣਦੀਆਂ ਨੇ ਵੀ ਹਰ ਮਹੀਨੇ ਜਿਹੜਾ ਆਂਡਾ ਨਿਕਲਣਾ ਹੁੰਦਾ ਉਹ ਨਿਕਲ ਨਹੀਂ ਪਾਉਂਦਾ ਹੈਗਾ, ਬਹੁਤ ਸਾਰੇ ਕਾਰਨਾਂ ਦੇ ਕਰਕੇ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ, ਤਾਂ ਉਹ ਵਿੱਚ ਹੀ ਉਹਦੇ ਰਹਿ ਜਾਂਦਾ ਹੈਗਾ, ਤੇ ਓਵਰੀਜ਼ ਜਿਹੜੀਆਂ ਹੈਗੀਆਂ ਅੰਡਕੋਸ਼ ਜਿਹੜਾ ਉਹ ਭਾਰਾ ਹੋਣ ਲੱਗ ਜਾਂਦਾ, ਬਲਕਿ ਓਵਰੀਜ਼ ਬੋਲਣ ਲੱਗ ਜਾਂਦੇ ਆ। ਸੋ ਇਹ ਦੂਜੀ ਚੀਜ਼ ਹੈ ਜਿਹੜੀ ਇਹ ਕਹਿ ਸਕਦੀ ਹੈ, ਦੱਸ ਸਕਦੀ ਹੈ ਵੀ ਤੁਹਾਨੂੰ ਵੀ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਹੈ। ਤੇ ਹੁਣ ਹੁੰਦਾ ਕੀ ਹੈ ਵੀ ਜਦੋਂ ਉਹ ਗੰਢਾਂ ਅੰਦਰ ਰਹਿਣ ਲੱਗ ਜਾਂਦੀਆਂ ਫੀਮੇਲ ਦੇ ਅੰਡਕੋਸ਼ ਦੇ, ਉਹਦੇ ਨਾਲ ਹੋਰ ਸਮੱਸਿਆਵਾਂ ਪੈਦਾ ਹੁੰਦੀਆਂ ਨੇ, ਜਿਵੇਂ ਕਿ ਫੇਸ ਦੇ ਉੱਪਰ ਹੇਅਰ ਆਉਣ ਲੱਗ ਜਾਂਦੇ, ਜਿੱਥੇ ਮੇਲਸ ਦੇ ਹੇਅਰ ਹੁੰਦੇ ਆਮ ਤੌਰ 'ਤੇ ਉੱਥੇ ਫੀਮੇਲ ਦੇ ਹੇਅਰ ਆਉਣ ਲੱਗ ਜਾਂਦੇ ਹੈਗੇ ਆ, ਜਿਵੇਂ ਅਪਰ ਲਿਪਸ ਦੇ ਉੱਪਰ ਹੇਅਰ। ਕਈ ਔਰਤਾਂ ਇਹ ਸੋਚਦੇ ਆ ਵੀ ਅਪਰ ਲਿਪ ਦੇ ਸਾਡੇ ਵੀ ਹੇਅਰ ਹੈਗੇ ਆ, ਉਹ ਬਰੀਕ ਹੇਅਰ ਹੁੰਦੇ ਨੇ, ਉਹਦੀ ਗੱਲ ਨਹੀਂ ਕਰ ਰਹੇ, ਹਾਰਡ ਹੇਅਰਸ ਦੀ ਆਪਾਂ ਗੱਲ ਕਰ ਰਹੇ ਹਾਂ। ਫੇਸ 'ਤੇ ਐਕਨੀ ਇੱਕਦਮ ਵੱਧ ਜਾਂਦੀ ਹੈ, ਵੇਟ ਗੇਨ ਜਿਹੜਾ ਹੈਗਾ ਉਹ ਹੋਣ ਲੱਗ ਜਾਂਦਾ। ਵੇਟ ਗੇਨ ਦੇ ਬਾਰੇ ਮੈਂ ਬਾਅਦ 'ਚ ਡਿਟੇਲ 'ਚ ਗੱਲ ਕਰੂੰਗਾ ਕਿ
ਇਹ ਚੀਜ਼ਾਂ ਕਿਉਂ ਹੁੰਦੀਆਂ ਨੇ ਥੋੜ੍ਹਾ ਜਿਹਾ ਆਪਾਂ ਇਸ ਗੱਲ ਨੂੰ ਸਮਝ ਲਈਏ। ਆਮ ਤੌਰ 'ਤੇ ਬਹੁਤ ਸਾਰੇ ਸਾਡੇ ਸਰੀਰ ਦੇ ਵਿੱਚ ਰਸਾਇਣ ਹੁੰਦੇ ਆ, ਹਾਰਮੋਨ ਹੁੰਦੇ ਹੈਗੇ ਆ, ਪਰ ਆਪਾਂ ਦੋ ਕੀ ਹਾਰਮੋਨ ਦੀ ਗੱਲ ਕਰਾਂਗੇ ਇਸ ਟਾਈਮ ਦੇ ਉੱਪਰ। ਸਾਨੂੰ ਪਤਾ ਵੀ ਜੇ ਇੱਕ ਮੇਲ ਹੈ ਅਤੇ ਇੱਕ ਫੀਮੇਲ ਹੈ, ਜਿਹੜਾ ਮੇਲ ਹੈਗਾ ਉਹਦੇ ਵਿੱਚ ਟੈਸਟੋਸਟਰੋਨ ਥੋੜ੍ਹਾ ਜ਼ਿਆਦਾ ਹੁੰਦਾ ਹੈਗਾ, ਫੀਮੇਲ ਦੇ ਵਿੱਚ ਐਸਟ੍ਰੋਜਨ ਜ਼ਿਆਦਾ ਹੁੰਦਾ, ਟੈਸਟੋਸਟਰੋਨ ਘੱਟ ਹੁੰਦਾ। ਤਾਂ PCOD ਦੇ ਵਿੱਚ ਬਹੁਤ ਸਾਰੇ ਕਾਰਨਾਂ ਕਰਕੇ ਫੀਮੇਲ ਦੇ ਵਿੱਚ ਜਿਹੜਾ ਟੈਸਟੋਸਟਰੋਨ ਥੋੜ੍ਹਾ ਜਿਹਾ ਵਧਣ ਲੱਗ ਜਾਂਦਾ ਹੈਗਾ। ਇਹ ਵਧਿਆ ਹੋਇਆ ਟੈਸਟੋਸਟਰੋਨ ਹੀ ਹੈ ਜਿਹੜਾ ਇਹ ਸਾਰੇ ਲੱਛਣ ਜਿਹੜੇ ਮੈਂ ਤੁਹਾਨੂੰ ਹੁਣੇ ਦੱਸਿਆ ਫੀਮੇਲ ਦੇ ਵਿੱਚ ਪੈਦਾ ਕਰਨ ਲੱਗ ਜਾਂਦਾ, ਜਿਵੇਂ ਫੇਸ਼ੀਅਲ ਹੇਅਰ, ਐਕਨੀ ਹੈਗੀ ਹੈ। ਸੋ ਗੱਲ ਉਹੀ ਹੈ ਵੀ ਜੇ ਇਹਨਾਂ ਤਿੰਨ ਚੀਜ਼ਾਂ ਦੇ ਵਿੱਚੋਂ ਦੋ ਲੱਛਣ ਵੀ ਤੁਹਾਡੇ ਵਿੱਚ ਹੈਗੇ ਆ, ਇੱਕ ਤਾਂ ਪੀਰੀਅਡ ਰੈਗੂਲਰ ਨਹੀਂ ਆ ਰਹੇ, ਦੂਸਰਾ ਵੀ ਅਲਟਰਾਸਾਊਂਡ ਦੇ ਵਿੱਚ ਗੰਢਾਂ ਨਜ਼ਰ ਆ ਰਹੀਆਂ, ਤੀਸਰਾ ਹੈ ਕਿ ਵੀ ਟੈਸਟੋਸਟਰੋਨ ਵਧਣ ਕਰਕੇ। ਵੈਸੇ ਜ਼ਰੂਰੀ ਨਹੀਂ ਹੈ ਹਰ ਕਿਸੇ ਟੈਸਟੋਸਟਰੋਨ ਵਧਿਆ ਹੋਵੇ, ਪਰ ਜੇ ਲੱਛਣ ਆ ਵੀ ਰਹੇ ਹੈਗੇ ਆ ਵੀ ਫੇਸ਼ੀਅਲ ਹੇਅਰ ਆ ਰਹੇ ਹੈਗੇ, ਐਕਨੀ ਆ ਰਹੀ ਹੈਗੀ ਅਤੇ ਹੋਰ ਦਿੱਕਤਾਂ ਆ ਰਹੀਆਂ ਹੈਗੀਆਂ, ਤਾਂ ਇਹਦਾ ਮਤਲਬ ਇਹ ਹੈਗਾ ਵੀ ਤੁਹਾਨੂੰ ਜਿਹੜਾ ਹੈਗਾ PCOD ਹੋ ਸਕਦਾ, ਤੁਹਾਨੂੰ ਚੰਗੇ ਡਾਕਟਰ ਕੋਲ ਜਾਣਾ ਚਾਹੀਦਾ, ਉਹ ਤੋਂ ਜਾਂਚ ਆਪਣੀ ਕਰਾਉਣੀ ਚਾਹੀਦੀ ਹੈਗੀ ਹੈ। ਅਤੇ ਇਹ ਹੁਣ ਜਿਹੜੀਆਂ ਗੱਲਾਂ ਸੀਗੀਆਂ ਸਾਰੀਆਂ ਕਿਤਾਬੀ ਗੱਲਾਂ ਸੀਗੀਆਂ, ਗੱਲਾਂ ਕਿਤਾਬ ਦੇ ਵਿੱਚੋਂ ਚੱਕ ਕੇ ਜਾਂ ਨੈੱਟ ਤੋਂ 1-2-3 ਪੁਆਇੰਟ ਚੱਕ ਕੇ ਤੁਹਾਨੂੰ ਦੱਸਣ ਦਾ ਮੈਨੂੰ ਸਵਾਦ ਨਹੀਂ ਆਉਂਦਾ। ਮੈਨੂੰ ਸਵਾਦ ਉਦੋਂ ਆਉਂਦਾ ਜਦੋਂ ਮੈਂ ਤੁਹਾਨੂੰ ਦੱਸ ਸਕਾਂ ਵੀ PCOD ਜਿਹੜੀ ਸਮੱਸਿਆ ਹੈਗੀ ਹੈ ਵੀ ਸਰੀਰ 'ਚ ਬਦਲਾਅ ਕਿਵੇਂ ਪੈਦਾ ਕਰਦੀ ਹੈ,